ਦੇਖੋ ਸਰਕਾਰਾਂ ਗੱਲ ਜਿਹੜੀ ਕੌਮ ਦੀ ਨੀਂਦ ਦੇ ਉੱਤੇ ਸੁੱਤੀਆਂ ਹੋਈਆਂ ਸਰਕਾਰਾਂ, ਇਹ ਸਰਕਾਰ ਜਿਹੜੀ ਹੈ ਜਬਰ ਤੇ ਧਲਨ ਤੇ ਧੁਲੀ ਹੋਈ ਹੈ। ਇਹ ਕਿਸਾਨਾਂ ਦੀ ਕੋਈ ਗੱਲਬਾਤ ਨਹੀਂ ਮੰਨ ਰਹੀ ਹੈਗੀ ਇਹ ਸਰਕਾਰ। ਦਾ ਜਿੰਨਾ ਤੱਕ ਪੰਜਾਬ ਸਰਕਾਰ ਵੀ ਕੌਮ ਦੀ ਨੀਂਦ ਤੇ ਸੁੱਤੀ ਹੈ ਤੇ ਗਵਰਨਮੈਂਟ ਸਰਕਾਰ ਵੀ ਕੌਮ ਦੀ ਨੀਂਦ ਤੇ ਸੁੱਤੀ ਹੋਈ ਹੈ। ਇਹ ਸਰਕਾਰਾਂ ਨੇ ਕੋਰਟ ਦੇ ਹੁਕਮ ਵੀ ਆਇਆ, ਕੋਰਟ ਦੇ ਹੁਕਮ ਦੇ ਉੱਤੇ ਕੋਈ ਚੱਲ ਨਹੀਂ ਰਿਹਾ। ਕੋਰਟ ਦੇ ਹੁਕਮ ਦੇ ਕਮੇਟੀ ਦਾ ਮੰਗ ਕੀਤੀ, ਕਮੇਟੀ ਦੇ ਵਿੱਚ ਸਾਡਾ ਕੋਈ ਮੈਂਬਰ ਵੀ ਆਪਣੇ ਜਥੇਬੰਦੀਆਂ ਦਾ ਕੋਈ ਆਗੂ ਨਹੀਂ ਜਾਊਗਾ। ਬਾਕੀ ਉਹਨਾਂ ਨੇ ਕਮੇਟੀ ਬਣਾਈ ਨਹੀਂ, ਉਹ ਫੈਸਲਾ ਲੈ ਕੇ ਰਸਤਾ ਖੁਲਾ ਸਕਦੀ ਹੈ। ਰਸਤਾ ਅਸੀਂ ਖੋਲਣ, ਸਰਕਾਰ ਨੇ ਮੰਗ ਕੀਤੀ ਹੈ ਰਸਤਾ ਖੋਲਿਆ, ਗਵਰਨਮੈਂਟ ਸਰਕਾਰ ਵੀ ਮੰਗ ਕਰਦੀ ਹੈ, ਕੋਰਟ ਨੇ ਕੋਰਟ ਜਾਰੀ ਕੀਤਾ ਜੀ ਰਸਤਾ ਛੋਟਾ ਖੋਲਿਆ ਜਾਏ ਸਾਧਨਾਂ ਵਾਸਤੇ। ਰਸਤਾ ਅਸੀਂ ਮੰਗ ਕਰਦੇ ਰਸਤਾ ਸਾਰਾ ਖੋਲਿਆ ਜਾਵੇ, ਤੇ ਸਾਡੀ ਮੰਗ ਇੱਥੇ ਸ਼ੰਭੂ ਤੇ ਬੈਠਣ ਨੂੰ ਨਹੀਂ, ਸਾਡੀ ਮੰਗ ਆ ਦਿੱਲੀ ਜਾਣ ਦੀ, ਆਪਣਾ ਉੱਥੇ ਪ੍ਰਦਰਸ਼ਨ ਕਰਨ ਦੇ ਅੰਦਰ ਸਾਨੂੰ ਭਾਵੇਂ ਜਗ੍ਹਾ ਦਿੱਤੀ ਜਾਵੇ, ਅਸੀਂ ਉੱਥੇ ਜਾ ਕੇ ਪ੍ਰਦਰਸ਼ਨ ਕਰਾਂਗੇ। 15 ਤਰੀਕ ਦਾ ਟਰੈਕਟਰ ਮਾਰਚ ਦਾ ਪ੍ਰੋਗਰਾਮ, ਉਹਦੇ ਬਾਰੇ ਜਾਣਕਾਰੀ ਦਿਓਗੇ? ਜਿਹੜਾ 15 ਤਰੀਕ ਨੂੰ ਟਰੈਕਟਰ ਮਾਰਚ ਹੈ, ਜਿਹੜਾ ਟਰੈਕਟਰ ਮਾਰਚ ਪੂਰੇ ਭਾਰਤ ਲੈਵਲ 'ਚ ਆ, ਪੂਰਾ ਪੰਜਾਬ 'ਚ ਨਹੀਂ, ਸਾਡੇ ਭਾਰਤ ਲੈਵਲ 'ਚ ਪੱਧਰ ਏਰੀਏ ਦੇ ਵਿੱਚ ਜਿਹੜਾ ਟਰੈਕਟਰ ਮਾਰਚ ਆ, ਉਹ ਜਿਹੜਾ ਟਰੈਕਟਰ ਮਾਰਚ ਨਿਕਲੇਗਾ, ਵੱਧ ਤੋਂ ਵੱਧ ਇਕੱਠ ਜਿਹੜਾ ਅੰਤਾਂ ਦਾ ਹੋ ਸਕਦਾ ਹੈ। ਜਿਹੜਾ ਇੱਕ ਜਿਹੜੇ ਕਾਨੂੰਨ ਜਾਰੀ ਕੀਤੇ ਆ, 3 ਕਾਨੂੰਨ ਜਾਰੀ ਕੀਤੇ ਆ, ਉਹਦੇ ਜਿਹੜੇ ਆ ਜਾ ਕੇ ਜਿੰਨੇ ਵੀ ਤਹਿਸੀਲ ਪੱਧਰ ਜਾ ਕੇ ਉਹਦੇ ਕੋਲ ਉਹਦੇ ਕਾਗਜ਼ ਪੱਤਰ ਜਿਹੜੇ ਉਹ ਸਾੜੇ ਜਾਣਗੇ ਉਹ ਕੋਲ। ਕਿੰਨੀ ਕੁ ਤਿਆਰੀ ਕੀਤੀ ਗਈ ਸ਼ੰਭੂ ਬਾਰਡਰ ਤੇ? ਸ਼ੰਭੂ ਬਾਰਡਰ ਤੇ ਜਿਹੜੇ ਲਾਗੇ ਲਾਗੇ ਜ਼ਿਲ੍ਹਿਆਂ ਦੇ ਵਾਈਜ਼ ਉਹ ਜਿੰਨੇ ਵੀ ਟਰੈਕਟਰ ਮਾਰਚ ਲੈ ਕੇ ਇੱਥੇ ਸ਼ੰਭੂ ਪਹੁੰਚਣਗੇ, ਤੇ ਬਾਕੀ ਜਿਹੜੇ ਟਰੈਕਟਰ ਮਾਰਚ ਕਰਕੇ ਜਿਹੜੇ ਸੂਬਿਆਂ ਦੇ ਵੱਖਰੇ ਵੱਖਰੇ ਲੈਵਲ ਦੇ ਜਿਹੜੇ ਆਗੂ ਸਾਹਿਬਾਨ ਆਪਣੇ ਮਾਰਚਾਂ ਸਟੇਟਾਂ 'ਚ ਕਰਨਗੇ, ਉਹ ਸਟੇਟਾਂ ਦੀ ਖਬਰ ਅੰਤਾਂ ਦੀ, ਜਿਹੜਾ ਪਿੰਡਾਂ ਪਿੰਡਾਂ 'ਚ ਹੁਣ ਮੀਟਿੰਗਾਂ ਚੱਲ ਰਹੀਆਂ ਨੇ। ਟਰੈਕਟਰ ਮਾਰਚ ਏਡਾ ਵੱਡਾ ਕਾਫਲਾ ਹੋਵੇਗਾ, ਸਰਕਾਰ ਦੀ ਜਿਹੜੀ ਇੱਕ ਨੱਥ ਨੂੰ ਇੱਕ ਨੱਥ ਚੁੰਡੀ ਵੱਡੀ ਜਾਊਗੀ, ਸਰਕਾਰ ਨੂੰ ਪਤਾ ਲੱਗ ਜਾਏਗਾ। ਦੇਖੋ ਜੀ, ਅਸੀਂ ਟਰੈਕਟਰ ਮਾਰਚ ਦੇ ਵਿੱਚ ਦੀ ਗਿਣਤੀ ਨਹੀਂ ਕਰ ਸਕਦੇ, ਉਹ ਕਿਹੜੇ ਪੱਧਰ ਤੋਂ ਕਿਹੜੀ ਸਟੇਟ ਵੱਲੋਂ ਕਿੱਧਰੋਂ ਦੀ ਆ ਵੀ ਸਕਦੇ ਉਹ ਅਸੀਂ ਕਹਿ ਨਹੀਂ ਸਕਦੇ। ਮੈਂ ਜਸਦੇਵ ਸਿੰਘ ਗਿੱਲ ਤੋਂ, ਜਨਰਲ ਸਕੱਤਰ ਦਸ਼ਮੇਸ਼ ਕਿਸਾਨ ਮਜ਼ਦੂਰ ਯੂਨੀਅਨ। ਅਸੀਂ ਜੋ 13 ਫਰਵਰੀ ਤੋਂ ਲਗਾਤਾਰ ਸਾਡਾ ਇੱਥੇ ਮੋਰਚਾ, ਦਿੱਲੀ ਮੋਰਚਾ 2, ਸ਼ੰਭੂ ਬਾਰਡਰ ਸਮੇਤ ਬਾਕੀ ਸਾਰੇ ਵੱਖ ਵੱਖ ਬਾਰਡਰਾਂ ਤੇ ਚੱਲ ਰਿਹਾ, ਉਹ ਅਸੀਂ ਕਹਿਣਾ ਇਹੀ ਚਾਹੁੰਦੇ ਹਾਂ ਵੀ ਜਿਹੜੀਆਂ ਮੰਨੀਆਂ ਹੋਈਆਂ ਮੰਗਾਂ 9-12-21 ਦੀਆਂ, ਉਹਨਾਂ ਨੂੰ ਸਰਕਾਰ ਲਾਗੂ ਕਰੇ ਫੌਰੀ, ਬਿਨਾਂ ਕਿਸੇ ਦੇਰੀ ਤੋਂ। 6 ਮਹੀਨੇ ਹੋ ਗਿਆ, 7ਵਾਂ ਮਹੀਨਾ ਸ਼ੁਰੂ ਹੋ ਚੁੱਕਾ, ਤੇ ਅਸੀਂ ਕੱਲ੍ਹ ਨੂੰ ਜਿਹੜਾ ਹੈਗਾ 15 ਤਰੀਕ ਨੂੰ ਪੂਰਾ ਦੇਸ਼ ਪੱਧਰ ਦੇ ਉੱਤੇ 11 ਸਟੇਟਾਂ 12 ਦੇ ਵਿੱਚ ਵੱਡੀ ਪੱਧਰ ਤੇ, ਜ਼ਿਲ੍ਹਾ ਪੱਧਰਾਂ ਤੇ ਅਤੇ ਤਹਿਸੀਲ ਪੱਧਰਾਂ ਤੇ ਟਰੈਕਟਰ ਮਾਰਚ ਕਰ ਰਹੇ ਹਾਂ। 3 ਗੱਲਾਂ ਉਹ ਲੈ ਕੇ, ਪਹਿਲੀ ਗੱਲ ਜਿਹੜਾ 12 ਨਕਾਤੀ ਮੰਗ ਪੱਤਰ ਆ, ਉਹ ਸਾਰਾ ਪ੍ਰਮਾਣ ਕਰੋ ਐਨ ਮੈਨ, ਜਿਹਦੇ ਬਾਰੇ ਪਹਿਲਾਂ ਵੀ 4 ਵਾਰ ਗੱਲ ਹੋ ਚੁੱਕੀ ਆ, ਸਰਕਾਰ ਨੂੰ ਲਾਜਵਾਬ ਕੀਤਾ, ਸਰਕਾਰ ਗੱਲਬਾਤ ਤੋੜ ਕੇ ਭੱਜੀ, ਹੁਣ ਨਵੀਂ ਸਰਕਾਰ ਬਣ ਕੇ ਉਹਦਾ ਫਰਜ਼ ਗੱਲਬਾਤ ਸ਼ੁਰੂ ਕਰੇ। 1 ਦੂਜਾ ਜਿਹੜਾ ਸ਼ਹੀਦ ਸੁਭ ਕਰਨ ਅਤੇ ਬਾਕੀ ਜਿੰਨਾ ਜਵਟ ਆਇਆ ਘਰੇਲੂ ਜੰਗ ਮਰੀ ਗਿਆ 3 ਮਾਡਰਾਂ ਦੇ ਉੱਤੇ, ਸ਼ਾਂਤਮਈ ਲਹਿਰ ਦੇ ਉੱਤੇ, ਉਹ ਸਾਰੇ ਜਿਹੜੇ ਕਾਤਲ ਅਤੇ ਦੋਸ਼ੀ ਪੁਲਿਸ ਅਧਿਕਾਰੀ ਆ, ਉਹਨਾਂ ਨੂੰ ਮੋਦੀ ਸਰਕਾਰ ਰਾਸ਼ਟਰਪਤੀ ਰਾਹੀਂ ਸਨਮਾਨਿਤ ਕਰਨ ਜਾ ਰਹੀ ਆ। ਇਹ ਸਾਰੇ ਜ਼ਖਮਾਂ ਦੇ ਲੂਣ ਛਿੜਕਿਆ, ਉਹਨੂੰ ਬੰਦ ਕਰਕੇ ਉਹਨਾਂ ਸਾਰਿਆਂ ਦੀ ਗ੍ਰਿਫਤਾਰੀ ਕਰੇ, ਉਹਨਾਂ ਜੇਲ੍ਹਾਂ ਦੇ ਵਿੱਚ ਰੱਖੇ। ਦੂਜਾ ਇਹ ਆ ਜਿਹੜੀਆਂ ਇਸ ਮੋਰਚੇ 'ਚ ਉੱਭਰੀ ਮੰਗ ਆ। ਤੀਜਾ ਇਹ ਆ ਵੀ ਨਵੀਂ ਸਰਕਾਰ ਜੋ ਬਣੀ ਆ, ਉਹਦੀ ਜ਼ਿੰਮੇਵਾਰੀ ਆ ਸਲਾਖੀ ਤੌਰ ਤੇ ਗੱਲਬਾਤ ਤੋੜੀ ਉਹਨੇ ਆ, ਉਹ ਲਿਖਤੀ ਪੱਤਰ ਭੇਜੇ, ਗੱਲਬਾਤ ਸ਼ੁਰੂ ਕਰੇ, ਮੰਗਾਂ ਪ੍ਰਵਾਨ ਕਰੇ, ਮਸਲਾ ਹੱਲ ਕਰੇ, ਜੇ ਸਾਰੇ ਮਸਲਾ ਹੋ ਜੂ ਫਿਰ ਅਸੀਂ ਸਨਮਾਨ ਜਦੋਂ ਢੰਗ ਨਾਲ ਵਾਪਸ ਹੋ ਜਾਵਾਂਗੇ, ਤੇ ਨਹੀਂ ਬਾਰਡਰ ਖੋਲੇ ਜਿਵੇਂ ਕੋਰਟਾਂ ਨੇ ਕਿਹਾ, ਹਾਈ ਕੋਰਟ ਨੇ ਵੀ ਕਿਹਾ, ਸੁਪਰੀਮ ਕੋਰਟ ਨੇ, ਉਹ ਸਾਰਿਆਂ ਲਈ ਅੰਸ਼ਕ ਨਹੀਂ, ਇਹਨਾਂ ਨੇ ਕਿਹਾ ਅੰਸ਼ਕ ਖੋਲਾਂਗੇ, ਅੰਸ਼ਕ ਨਹੀਂ ਬਿਨਾਂ ਭਿੰਨ ਭੇਦ ਤੋਂ ਬਾਰਡਰ ਖੋਲੇ, ਕਿਉਂਕਿ ਸਾਡੇ ਵੀ ਜ਼ਰੂਰੀ ਹੱਕ ਨੇ ਕਿਸਾਨ ਦੇ ਵੀ, ਲਿਆਰੂਆਂ ਦੇ, ਇਸ ਕਰਕੇ ਅਸੀਂ ਦਿੱਲੀ ਫਿਰ ਜਾ ਸਕੀਏ ਜਾਂ ਮੰਗਾਂ ਪ੍ਰਵਾਨ ਸਾਰੀਆਂ ਦੀਆਂ ਸਾਰੀਆਂ ਕਰੇ ਤਾਂ ਜੋ ਮੋਰਚਾ ਸਿਰੇ ਲੱਗ ਸਕੇ।
ਢੋਲ ਵਾਜੇ ਇਸ ਗੱਲ ਦੇ ਕੋਰਟਾਂ ਚ ਵੀ ਇਹ ਜ਼ਿੰਮੇਵਾਰ ਹਰਿਆਣਾ ਦੇ ਕੇਂਦਰ ਸਰਕਾਰ ਸੀ। ਉਹ ਹੁਣ ਖਰਜਾਨਾ ਪੈਣਾ ਚਾਹੀਦਾ ਸੀ ਉਹਦੇ ਹੱਕ ਚ, ਵੱਡੇ ਛੋਟੇ ਵਪਾਰੀ ਨੂੰ, ਹੋਰ ਕਾਰੋਬਾਰੀ ਨੂੰ, ਜਿਹਦਾ ਜਿੰਨਾ ਜਿੰਨਾ ਨੁਕਸਾਨ ਹੋਇਆ ਉਹਦੀ ਜ਼ਿਲ੍ਹਿਆਂ ਦੇ ਵਿੱਚ ਅਸੈਸਮੈਂਟ ਕਰਕੇ ਉਹਨਾਂ ਦੀ ਭਰਪਾਈ ਕਰੇ ਜਿੰਨੀ ਕਰੋੜਾਂ ਅਰਬਾਂ ਦੀ ਬਣਦੀ ਆ। ਕਿਉਂ? ਕਿਉਂਕਿ ਰਸਤੇ ਉਹਨਾਂ ਨੇ ਰੋਕੇ ਸੀਗੇ। ਮੰਨ ਲਓ ਅਸੀਂ ਤਾਂ ਹੁਣ ਤੱਕ ਵੀ ਗੱਡੀ ਇੱਥੇ ਆਉਂਦੀ ਆ, ਦੋਵੇਂ ਪਾਸੇ ਸਰਵਿਸ ਰੋਡਾਂ ਖੁੱਲੀਆਂ ਨੇ। ਸੋ ਇਹ ਸਾਫ਼ ਹੋ ਗਈ, ਕੋਰਟਾਂ ਨੇ ਪ੍ਰਵਾਨ ਕੀਤਾ, ਜੇ ਪ੍ਰਵਾਨ ਕਰ ਲਿਆ ਹੁਣ ਕਾਰਵਾਈ ਕਰੇ ਸਰਕਾਰ ਦੇ ਉੱਤੇ, ਹਰਜਾਨਾ ਪਾਵੇ ਔਰ ਛੋਟੇ ਵੱਡੇ ਵਪਾਰੀ ਤੇ ਕਾਰੋਬਾਰੀ ਜਿਹੜੇ ਵੀ ਸੰਬੰਧਿਤ ਲੋਕ ਜਿਹਨਾਂ ਦੇ ਨੁਕਸਾਨ ਹੋਏ ਨੇ ਉਹਨਾਂ ਦੀ ਪੂਰਤੀ ਕਰੇ। ਤੇ ਸਾਨੂੰ 6 ਮਹੀਨੇ ਬੀਤ ਕੇ ਅਸੀਂ ਬਹੁਤ ਲੇਟ ਹੋ ਗਏ, ਸਾਨੂੰ ਦਿੱਲੀ ਜਾਣ ਦੇਵੇ, ਦਿੱਲੀ ਜਾਣਾ ਸਾਡਾ ਹੱਕ ਹੈ, ਜਿਵੇਂ ਉਹਨਾਂ ਦਾ ਪੰਜਾਬ ਆਉਣਾ ਹੱਕ ਹੈ। ਪ੍ਰਧਾਨ ਜੀ, ਜੇ ਰਸਤਾ ਥੋੜਾ ਬਹੁਤਾ ਖੁੱਲਤਾ ਹੈਗਾ ਫਿਰ ਉਸ ਰਸਤੇ ਰਹੀ ਤੁਸੀਂ ਦਿੱਲੀ ਜਾਓਗੇ? ਥੋੜਾ ਬਹੁਤ ਰਸਤਾ ਜੀ ਦੇਖੋ, ਉਹ ਤਾਂ ਉਹ ਫਿਰ ਜੇ ਟਕਰਾਅ ਦੀ ਨੀਤੀ ਰੱਖਦੇ ਆ ਫਿਰ ਮੋਰਚਾ ਸੋਚੂਗਾ ਨਾ ਵੈਸੇ ਇਸ ਗੱਲ ਨੂੰ ਵੀ ਰੋਕਦੇ ਆ, ਜ਼ਿਆਦਾ ਸੁਭਾਵਨਾ ਪਈ ਆ ਰੋਕਣ ਦੀ। ਜੇ ਖੋਹਦਾ ਬਿਨਾਂ ਬਿਨ ਵੀ ਤੂੰ ਨਹੀਂ ਕਹਿ ਰਹੇ ਹੈ ਵੀ ਸਾਰਿਆਂ ਲਈ ਖੁੱਲੇ, ਇਹ ਕਹਿੰਦੇ ਜਿਵੇਂ ਬਜ਼ੁਰਗ ਲਈ, ਬੱਚੇ ਲਈ, ਬਿਮਾਰ ਲਈ ਖੁੱਲੂ, ਇਹਦਾ ਮਤਲਬ ਤੰਦਰੁਸਤ ਲਈ ਨਹੀਂ ਖੁੱਲੂਗਾ, ਕਿਸਾਨ ਲਈ ਨਹੀਂ ਖੁੱਲੂਗਾ, ਇਹਦਾ ਆਪ ਉਠਾਰਥ ਹੀ ਆ। ਕਿਉਂ ਕਿਸਾਨ ਹੁਣ ਏਡਾ ਮੂਰਖ ਨਹੀਂ ਸਾਰੀ ਗੱਲ ਨੂੰ ਸਮਝਦਾ। ਸੋ ਸਾਰਿਆਂ ਲਈ ਬਿਨਾਂ ਪਿੰਨ ਪੇ ਤੋਂ ਭਾਈ ਖੁੱਲਣਾ ਚਾਹੀਦਾ, ਜਾਂ ਮੰਗਾਂ ਪ੍ਰਵਾਨ ਕਰੋ ਸਾਰੀਆਂ ਦੀਆਂ ਸਾਰੀਆਂ, ਜਾਂ ਸਾਨੂੰ ਜਾਣ ਦਿਓ ਦਿੱਲੀ ਵੀ ਪੂਰਾ ਮਨ ਧਰਨਾ ਲਾਉਣਾ ਚਾਹੁੰਦੇ ਹਾਂ ਅਸੀਂ, ਸਾਡਾ ਹੱਕ।